ਅਸੀਂ ਪੂਰੀ ਕੋਸ਼ਿਸ਼ ਹੈ ਸਾਡੀ ਕਿ ਹੌਲੀ ਹੌਲੀ ਉਹ ਸਿਸਟਮ ਨੂੰ ਚੇਂਜ ਕਰੀਏ ਔਰ ਕਿਸੇ ਨੂੰ ਕਿਸੇ ਵੀ ਲੀਡਰ ਦਾ ਜਾਂ ਮੁੱਖ ਮਹਿਮਾਨ ਦਾ ਇੰਤਜ਼ਾਰ ਨਾ ਕਰਨਾ ਪਵੇ ਕਿਉਂਕਿ ਅਸੀਂ ਹਮੇਸ਼ਾ ਖੁਦ ਵੀ ਮਹਿਸੂਸ ਕਰਦੇ ਹਾਂ ਕਿ ਜਿਹੜਾ ਪਹਿਲਾਂ ਆ ਜਾਂਦਾ ਹੈ ਉਹ ਸ਼ਾਇਦ ਇੱਕ ਤਰ੍ਹਾਂ ਦਾ ਸਜ਼ਾ ਕੱਟਦਾ ਆ ਇਹ ਸਾਡੀ ਹੁਣ ਮੈਂ ਜ਼ਿੰਦਗੀ ਜਿਹੜਾ ਜ਼ਿੰਦਗੀ ਦਾ ਜਾਮਾ ਹੈ ਉਹ ਹੁਣ ਮੇਰਾ ਅਸੀਂ ਉਹ ਚੋਲਾ ਉਤਾਰ ਦੇਣਾ ਤਾਂ ਵੀ ਉਹ ਇੱਕ ਕਿਤਾਬ ਪੜ੍ਹ ਰਹੇ ਸੀ ਅਤੇ ਇਸ ਲਾਅ ਨੂੰ ਅੱਗੇ ਲੈ ਕੇ ਤੁਰਨ ਲਈ ਸਰਬ ਨੌਜਵਾਨ ਸਭਾ ਦਾ ਅਸੀਂ ਬਾਰ ਬਾਰ ਸਾਨੂੰ ਬਹੁਤ ਵਾਰ ਮਤਲਬ ਇੱਕ ਕੁਝ ਦਿਨਾਂ ਦੇ ਵਿੱਚ ਹੀ ਬਾਰ ਬਾਰ ਇਹ ਕਹਿਣ ਦਾ ਮੌਕਾ ਮਿਲਦਾ ਆ ਕਿ ਇਹ ਵਧਾਈ ਦੇ ਪਾਤਰ ਨੇ ਇਹ ਇੱਕ ਰੋਸ਼ਨਾਈ ਲੈ ਕੇ ਚੱਲੇ ਹੋਏ ਨੇ ਇਸੇ ਤਰ੍ਹਾਂ ਤੁਹਾਡਾ ਵੀ ਫਰਜ਼ ਹੈ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਕੋਈ ਬਹੁਤ ਵੱਡੇ ਵੱਡੇ ਕੰਮ ਕਰਨੇ ਹੁੰਦੇ ਆ ਜਦੋਂ ਅਸੀਂ ਸਹੀ ਤਰ੍ਹਾਂ ਸਾਨੂੰ ਜੀਵਨ ਜਾਂਚ ਆ ਜਾਵੇ ਔਰ ਅਸੀਂ ਉਸ ਜੀਵਨ ਜਾਂਚ ਨੂੰ ਕਿਸੇ ਹੋਰ ਦੇ ਵਿੱਚ ਵੀ ਉਤਾਰ ਸਕੀਏ ਉਹੀ ਬਹੁਤ ਵੱਡਾ ਕੰਮ ਹੁੰਦਾ ਹੈ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਅਤੇ ਉਸ ਸੰਬੰਧ ਵਿੱਚ ਅੱਜ ਫਗਵਾੜੇ ਦੇ ਸਟੂਡੈਂਟਸ ਜਿਹੜੇ ਕਿ ਸਰਬ ਨੌਜਵਾਨ ਸਭਾ ਕੋਲੋਂ ਬਹੁਤ ਸਾਰੀਆਂ ਸਿੱਖਿਆਵਾਂ ਲੈ ਰਹੇ ਨੇ ਉਹਨਾਂ ਨੂੰ ਇਕੱਤਰ ਕਰਕੇ ਸਰਬ ਨੌਜਵਾਨ ਸਭਾ ਨੇ ਅਤੇ ਇਹਨਾਂ ਦੇ ਸਾਰੀ ਸਮੂਹ ਟੀਮ ਨੇ ਅੱਜ ਇੱਕ ਉਪਰਾਲਾ ਕੀਤਾ ਹੈ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾਵੇ ਮੈਂ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ 'ਤੇ ਸਰਬ ਨੌਜਵਾਨ ਸਭਾ ਦੀ ਸਾਰੀ ਟੀਮ ਨੂੰ ਬਹੁਤ ਹੀ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਬੱਚਿਆਂ ਨੂੰ ਫਰੀ ਐਜੂਕੇਸ਼ਨ ਫਰੀ ਕੰਪਿਊਟਰ ਕੋਰਸ ਫਰੀ ਸਿਲਾਈ ਕਢਾਈ ਦੇ ਕੋਰਸਿਸ ਕਰਾ ਕੇ ਸਪੈਸ਼ਲੀ ਗਰਲਸ ਨੂੰ ਕੋਰਸਿਸ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਕੀ ਆ ਵੀ ਇਹ ਲੋਕ ਕੁੜੀਆਂ ਨੂੰ ਸਿਖਲਾਈ ਸਿਖਾ ਕੇ ਉਹਨਾਂ ਨੂੰ ਰੁਜ਼ਗਾਰ ਸਿਖਾ ਕੇ ਅਤੇ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹੇ ਕਰਦੇ ਆ ਤਾਂ ਕਿ ਉਹ ਆਪਣੀ ਲਾਈਫ ਬਹੁਤ ਵਧੀਆ ਤਰੀਕੇ ਨਾਲ ਇੰਡੀਪੈਂਡੈਂਟ ਤਰੀਕੇ ਨਾਲ ਗੁਜ਼ਾਰ ਸਕਣ ਕੁਛ ਇਸ ਤਰ੍ਹਾਂ ਦੀ ਸੋਚ ਸੀਗੀ ਭਗਵੰਤ ਸਿੰਘ ਸਾਡੇ ਭਗਵੰਤ ਸਿੰਘ ਮਾਨ ਜੀ ਜਿਹੜੇ ਮਾਨਯੋਗ CM ਸਾਹਿਬ ਆ ਜਿਹੜੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਿਯਮਾਂ 'ਤੇ ਉਹਨਾਂ ਦੀ ਸੋਚ 'ਤੇ ਚੱਲ ਰਹੇ ਨੇ ਸੋ ਮੈਂ ਸਾਰਿਆਂ ਨੂੰ ਅੱਜ ਫਗਵਾੜਾ ਨਿਵਾਸੀਆਂ ਨੂੰ ਸਰਬ ਨੌਜਵਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਆਪਣੇ ਵੱਲੋਂ ਬੱਚਿਆਂ ਨੂੰ ਆਪਣੇ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ 'ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਇੱਕ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅੱਜ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਔਰ ਉਹਨਾਂ ਦੀ ਜਿਹੜੀ ਸੋਚ ਆ ਉਹ ਬੱਚਿਆਂ ਨੂੰ ਉਹਨਾਂ ਤੱਕ ਲਿਜਾਈ ਗਈ ਔਰ ਸਾਡੇ ਵਿਚਕਾਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ ਔਰ ਧੰਨਵਾਦ ਸਰ ਨੌਜਵਾਨ ਸਭਾ ਦਾ ਜਿਹੜੇ ਸਮੇਂ ਅਨੁਸਾਰ ਇਹ ਸਮਾਗਮ ਰੱਖ ਕੇ ਸਮਾਜ ਅੰਦਰ ਚੰਗੀ ਸੋਚ ਵੰਡਦੇ ਆ ਅੱਜ ਭਗਤ ਸਿੰਘ ਜੀ ਦੇ ਵਿਚਾਰਾਂ ਦੇ ਉੱਪਰ ਚਰਚਾ ਕੀਤੀ ਗਈ ਕਿ ਉਹਨਾਂ ਦੀ ਜਿਹੜੀ ਸੋਚ ਸੀ ਇਹ ਸੀ ਕਿ ਸਮਾਜ ਦੇ ਅੰਦਰ ਊਚ ਨੀਚ ਦਾ ਢਾਂਚਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਅਮੀਰੀ ਗਰੀਬੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਬਰਾਬਰਤਾ ਹੋਣੀ ਚਾਹੀਦੀ ਆ ਔਰ ਕੋਈ ਵੀ ਸਾਡਾ ਬੱਚਾ ਜਿਹੜਾ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹਰ ਘਰ ਦੇ ਅੰਦਰ ਰੌਸ਼ਨੀ ਹੋਣੀ ਚਾਹੀਦੀ ਆ ਔਰ ਇਸ ਸੋਚ ਨੂੰ ਲੈ ਕੇ ਚੱਲਦਿਆਂ ਹੋਇਆ ਉਹਨਾਂ ਨੇ ਉਸ ਟਾਈਮ ਦੇ ਸਿਸਟਮ ਦਾ ਵਿਰੋਧ ਕੀਤਾ ਔਰ ਅੰਗਰੇਜ਼ਾਂ ਦੇ ਨਾਲ ਲੜਾਈ ਕੀਤੀ ਔਰ ਦੱਸ ਦੇਣਾ ਚਾਹੁੰਦੇ ਹਾਂ ਕਿ ਸਰਬ ਨੌਜਵਾਨ ਸਭਾ ਉਸ ਮਿਸ਼ਨ ਦੇ ਉੱਪਰ ਚੱਲਦਿਆਂ ਹੋਇਆ ਜਿਸ ਤਰ੍ਹਾਂ ਪਿਛਲੇ 33 ਸਾਲ ਤੋਂ ਇਸ ਸਿਲਾਈ ਸੈਂਟਰ ਦੇ ਅੰਦਰ ਕੰਮ ਕਰ ਰਹੀ ਆ ਬਿਊਟੀਸ਼ੀਅਨ ਸੈਂਟਰ ਖੋਲ੍ਹ ਕੇ ਲੋਕਾਂ ਨੂੰ ਇੱਕ ਚੰਗਾ ਸਿਸਟਮ ਦੇ ਰਹੀ ਆ ਔਰ ਬੱਚਿਆਂ ਨੂੰ ਬਹੁਤ ਹੀ ਅੱਗੇ ਵਧਣ ਦੇ ਲਈ ਸਾਧਨ ਦੇ ਰਹੀ ਆ ਔਰ ਅਸੀਂ ਨਾਲ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਸ ਮਿਸ਼ਨ 'ਤੇ ਚੱਲਦਿਆਂ ਹੋਇਆ ਲੋਕਾਂ ਨੂੰ ਜਾਗਰੂਕ ਕਰਦੇ ਆ ਔਰ ਉਹਨਾਂ ਦੀ ਜਿਹੜੀ ਆ ਸਮੱਸਿਆਵਾਂ ਦਾ ਹੱਲ ਕਰਦੇ ਆ ਔਰ ਸਾਰੇ ਸਮਾਜ ਨੂੰ ਮੈਂ ਬੇਨਤੀ ਕਰਦਾ ਕਿ ਭਗਤ ਸਿੰਘ ਦੇ ਵਿਚਾਰਾਂ ਦੇ ਉੱਪਰ ਚੱਲਦਿਆਂ ਹੋਇਆ ਆਓ ਰਲ ਕੇ ਸਾਥ ਦੇਈਏ ਸਮਾਜ ਦੇ ਕਿਸੇ ਕੋਨੇ ਅੰਦਰ ਕੋਈ ਗਰੀਬ ਆ ਜੇ ਕੋਈ ਪੜ੍ਹਾਈ ਤੋਂ ਵਾਂਝਾ ਰਹਿੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਸਮੱਸਿਆ ਵਾ ਉਹ ਸਰਬ ਨੌਜਵਾਨ ਸਭਾ ਨੂੰ ਨਾਲ ਲੈ ਕੇ ਚੱਲੀਏ ਔਰ ਸਾਡੀ ਸਰਕਾਰ ਜਿਹੜੀ ਆ ਹਰ ਵੇਲੇ ਇਸ ਮਿਸ਼ਨ ਦੇ ਉੱਪਰ ਚੱਲਣ ਲਈ ਤਿਆਰ ਆ ਤੁਹਾਡੇ ਨਾਲ ਆ ਤੁਹਾਡੇ ਸਾਥ ਆ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਆਓ ਇਹ ਸਮਾਜ ਨੂੰ ਬਦਲਣ ਦੇ ਲਈ ਇੱਕ ਪਰਿਵਾਰਿਕ ਤੌਰ 'ਤੇ ਇਕੱਠੇ ਹੋਈਏ ਅਲੱਗ ਅਲੱਗ ਪਾਰਟੀਆਂ ਹੋ ਸਕਦੀਆਂ ਅਲੱਗ ਅਲੱਗ ਰਾਜਨੀਤਿਕ ਸਾਡੇ ਦਾਇਰੇ ਹੋ ਸਕਦੇ ਆ ਪਰ ਸਾਡਾ ਇੱਕੋ ਮਕਸਦ ਆ ਕਿ ਜਿਹੜੀ ਸੋਚ ਸਰਦਾਰ ਭਗਤ ਸਿੰਘ ਜੀ ਸੀ ਉਸ ਸੋਚ ਨੂੰ ਲੈ ਕੇ ਅੱਗੇ ਵਧੀਏ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਮਰਪਿਤ ਇੱਕ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅੱਜ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਔਰ ਉਹਨਾਂ ਦੀ ਜਿਹੜੀ ਸੋਚ ਆ ਉਹ ਬੱਚਿਆਂ ਨੂੰ ਉਹਨਾਂ ਤੱਕ ਲਿਜਾਈ ਗਈ ਔਰ ਸਾਡੇ ਵਿਚਕਾਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ
और धन्यवाद सर नौजवान सभा का जिहड़े समय समय अनुसार ये समागम रख के समाज अंदर चंगी सोच बंटदे आ। अज भगत सिंह जी के विचारों के उपर चर्चा की गई कि उन्होंने जिहड़ी सोच सी इह सी कि समाज के अंदर ऊंच नीच का ढांचा जिहड़ा वह नहीं होना चाहिए, अमीरी गरीबी जिहड़ी आ वह नहीं होनी चाहिए, बराबरता होनी चाहिए आ, और कोई भी साडा बच्चा जिहड़ा पढ़ाई तो वांझा नहीं रहना चाहिए, हर घर के अंदर रोशनी होनी चाहिए आ। और इस सोच नूं लैके चलदिआं होइआं उन्होंने उस टाइम के सिस्टम का विरोध किया और अंग्रेज़ां दे नाल लड़ाई की। और दस देना चाहते हैं कि सर्व नौजवान सभा उस मिशन के उपर चलदिआं होइआ जिस तरह पिछले 33 साल तो इस सिलाई सेंटर के अंदर काम कर रही है, ब्यूटीशन सेंटर खोल के लोगों को एक चंगा सिस्टम दे रही है और बच्चों को बहुत ही अगे वधण दे लई साधन दे रही है। और असी ना धन्नवाद करते हैं कि जिहड़े इस मिशन ते चलदिआं होइआ लोगों को जागरूक करते हैं और उन्हां दी जिहड़ी आ समस्यावां दा हल करते हैं। और सारे समाज में मैं बेनती करदा कि भगत सिंह दे विचारां दे उपर चलदिआं होइआ आओ रल के साथ दईए, समाज के किसी कोने अंदर कोई गरीब आ जे कोई पढ़ाई तो वांझा रहिंदा जां किसी भी तरह की उन्हें समस्या वा वो सर्व नौजवान सभा नूं नाल लैके चलीए। और साडी सरकार जिहड़ी आ हर वेले इस मिशन के उपर चलण लई तैयार आ, तुहाडे नाल आ, तुहाडे साथ आ। इस करके बेनती करदे हां कि आओ इस समाज नूं बदलण दे लई एक परिवारिक तौर पर इकट्ठे होइए। अलग अलग पार्टियां हो सकदियां, अलग अलग राजनीतिक साडे दायरे हो सकते आ, पर साडा इक्को मकसद आ कि जिहड़ी सोच सरदार भगत सिंह जी सी उस सोच नूं लैके अगे वधीए। बहुत बहुत धन्यवाद। इनकलाब जिंदाबाद। 28 सितंबर बहुत ही भागा वाला दिन है। इस दिन शहीद भगत सिंह का जन्म हुआ सी और उन्होंने भागा वाला ही कहा गया सी और असी अज तक यही मानते हैं कि अज भागा वाला दिन है। सर्व नौजवान सभा समाजिक तौर पर बहुत सारे काम करती है। असी समाज दे विच वधिया काम करन लई उन्हां दा भी धन्नवाद करते हैं और असी सारे नूं अपील करते हैं कि इहो जे उपराले इहो जे काम तियां दे विआह करने, बच्चों फ्यूचर दे वास्ते सेध देनी, उन्होंने सिखलाई देनी, संस्थावां संस्था चलानी, ये बहुत ही लगातारता और लगातार मेहनत का काम है, लगातार उपराले करने पैंदे हन। असी उन्होंने भी धन्नवादी हाँ कि वो सानू इस तरह मौके देंदे ने कि असी इन्हां प्रोग्राम्स का हिस्सा बनीए। तो असी यही चाहते हाँ कि बच्चों या नवी आने वाली पीढ़ी नू ये भगत सिंह तो सीध लैनी चाहिए है कि समाजिक तौर पर जदों तक बराबरता नहीं होंगी ये संघर्ष जारी रहेगा। और असी बंदूकों या बंबा वाला भगत सिंह ना याद रख के किताबों वाले भगत सिंह याद रखिए, तो उन्हों तो ये सीध लीए कि किताबा पढ़निया किताबों ना सांझ पानी कितनी जरूरी है। और मेरी भी ये कोशिश है डिस्ट्रिक्ट पैनिंग कमेटी के चेयरपर्सन होने के नाते कि मैं हर पिंड घट्टो घट अपने ज़िले के हर पिंड हर महल्ले एक लाइब्रेरी जरूर बना सका। सर्व नौजवान सभा का सुखिंदर जी का बहुत बहुत धन्यवाद।